ਹੁਸ਼ਿਆਰਪੁਰ ਦੇ ਨੇੜਲੇ ਪਿੰਡ ਬੱਸੀ ਕਾਲੇ ਖਾਂ ਵਿਖੇ ਉਸ ਵੇਲੇ ਦਿਲ ਦੇ ਹਾਲਾਤਾਂ ਵਾਲੀ ਘਟਨਾ ਵਾਪਰੀ ਹੈ ਜਦੋਂ ਇੱਕ ਨਾਬਾਲਗ ਪੋਤੇ ਵੱਲੋਂ ਆਪਣੇ ਕਰੀਬ 83 ਸਾਲਾਂ ਦੀ ਦਾਦੀ ਨੂੰ ਕਤਲ ਕਰਕੇ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ ਗਈ। ਫਿਲਹਾਲ ਪੁਲਿਸ ਵੱਲੋਂ ਕਤਲ ਦੀ ਇਸ ਗੁੱਥੀ ਨੂੰ ਸੁਲਝਾਉਂਦੇ ਹੋਏ ਪੋਤੇ ਨੂੰ 10 ਘੰਟੇ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੇ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਯੁਵਰਾਜ ਨੇ ਇਸ ਵਾਰਦਾਤ ਨੂੰ ਟੀਵੀ ਸੀਰੀਅਲ ਦੇਖ ਕੇ ਅੰਜਾਮ ਦਿੱਤਾ ਸੀ। SSP ਨਵਜੋਤ ਸਿੰਘ ਮਾਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹਰਜੀਤ ਸਿੰਘ ਵਾਸੀ ਪਿੰਡ ਬੱਸੀ ਕਾਲੇ ਖਾਂ ਥਾਣਾ ਹਰਿਆਣਾ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਸਦੀ ਮਾਤਾ ਜੋਗਿੰਦਰ ਕੌਰ ਕਰੀਬ 3.5 ਮਹੀਨੇ ਜੋ ਸੱਜੀ ਲੱਤ ਦੀ ਹੱਡੀ ਟੁੱਟੀ ਹੋਣ ਕਰਕੇ ਬੈੱਡ ਤੇ ਸੀ। ਫਿਲਮੀ ਅੰਦਾਜ਼ 'ਚ ਇਸ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ SSP ਹਰਜੀਤ ਸਿੰਘ ਕੋਲੋਂ ਹੀ ਸੁਣਦੇ ਹਾਂ। ਕੱਲ੍ਹ ਇਨਫੋਰਮੇਸ਼ਨ ਮਿਲੀ ਸੀ, ਕੱਲ੍ਹ 3-4 ਵਜੇ ਥਾਣਾ ਹਰਿਆਣਾ ਵਿੱਚ ਬੱਸੀ ਕਾਲੇ ਖਾਂ ਪਿੰਡ ਪੈਂਦਾ ਹੈਗਾ, ਉੱਥੇ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਕੋਈ ਬਜ਼ੁਰਗ ਔਰਤ ਹੈਗੀ ਹੈ 85 ਸਾਲ ਦੀ, ਉਹਨੂੰ ਕੋਈ ਨਾਮਲੂਮ ਵਿਅਕਤੀ ਆਏ ਸੀਗੇ, ਕੰਧ ਟੱਪ ਕੇ ਔਰ ਅੱਗ ਲਾ ਕੇ ਚਲੇ ਗਏ ਨੇ। ਔਰ ਜਿਹੜਾ ਉਹਨਾਂ ਦਾ ਮੁੰਡਾ ਹੈਗਾ ਛੋਟਾ 16 ਸਾਲ ਦਾ ਸੀਗਾ, ਉਹਦਾ ਇਹ ਕਹਿਣਾ ਸੀ ਮੈਨੂੰ ਅੰਦਰ ਡੱਕ ਗਏ ਸੀ ਬੈੱਡ ਦੇ ਵਿੱਚ, ਔਰ ਮੇਰੇ ਮੰਮੀ ਡੈਡੀ ਬਾਜ਼ਾਰ ਗਏ ਸੀਗੇ ਅਤੇ ਮਗਰੋਂ ਜਦੋਂ ਕਿਤੇ ਬਾਜ਼ਾਰ ਗਏ ਸੀਗੇ ਉਦੋਂ ਹੀ ਕਿਤੇ ਬੰਦੇ ਆ ਗਏ ਨਾਮਲੂਮ ਅਤੇ ਉਹਨੂੰ ਉਹਨਾਂ ਨੇ ਬੈੱਡ ਦੇ ਵਿੱਚ ਡੱਕਤਾ, ਬੰਨ੍ਹ ਕੇ ਹੱਥ ਬੰਨ੍ਹ ਅਤੇ ਬਾਹਾਂ ਬੰਨ੍ਹਤੀਆਂ। ਔਰ ਉਹਦੀ ਦਾਦੀ ਜਿਹੜੀ ਪਿਛਲੇ 3-4 ਮਹੀਨੇ ਤੋਂ ਬੈੱਡ 'ਤੇ ਸੀਗੀ, ਉਹਦੀ ਫ੍ਰੈਕਚਰ ਹੋ ਗਿਆ ਸੀਗਾ, ਉਹ ਬਾਹਰਲੇ ਰੂਮ ਵਿੱਚ ਸੀ, ਕਹਿੰਦਾ ਜੀ ਉਹਨਾਂ ਨੂੰ ਉਹਨਾਂ ਨੇ ਅੱਗ ਲਾ ਦਿੱਤੀ। ਉਹਨਾਂ ਨੂੰ ਇਹ ਕਿਹਾ ਗਿਆ ਵੀ ਆਪਣੇ ਡੈਡੀ ਨੂੰ ਕਹਿ ਦਿਓ ਕੇਸ ਜਿਹੜਾ ਵਾਪਸ ਲੈ ਲਓ, ਨਹੀਂ ਤਾਂ ਅਸੀਂ ਤੁਹਾਡਾ ਨੁਕਸਾਨ ਕਰਾਂਗੇ। ਉਹ ਉਹਨੂੰ ਅੱਗ ਲਾ ਕੇ ਚਲੇ ਗਏ ਸੀ। ਉਹ ਉਸ 'ਤੇ ਮੁਕੱਦਮਾ ਦਰਜ ਕਰਤਾ ਸੀ 302 ਦਾ, ਔਰ ਮਾਮਲਾ ਸ਼ੁਰੂਆਤੀ ਜਾਂਚ ਵਿੱਚ ਸ਼ੱਕੀ ਲੱਗਿਆ ਸੀ। ਔਰ ਜਦੋਂ ਡੰਗਾਈ 'ਚ ਤਫਤੀਸ਼ ਕੀਤੀ ਇਹ ਪਾਇਆ ਗਿਆ ਵੀ ਉਹਦਾ ਪੋਤਾ ਹੈਗਾ 16 ਸਾਲ ਦਾ, ਉਹਨੇ ਹੀ ਦਾਦੀ ਨੂੰ ਮਾਰਿਆ ਸੀ ਔਰ ਉਹਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈਗਾ। ਉਹਦਾ ਇਹੀ ਸੀਗਾ ਜਦੋਂ ਮੇਰੇ ਮੰਮੀ ਡੈਡੀ ਬਾਜ਼ਾਰ ਗਏ ਆ ਤਾਂ ਮੈਂ ਇਹ ਕੰਮ ਕੀਤਾ ਹੈਗਾ, ਉਹਨੇ ਪਹਿਲਾਂ ਰੋਡ ਨਾਲ ਮਾਤਾ ਨੂੰ ਮਾਰਿਆ ਔਰ ਫਿਰ ਤੇਲ ਉੱਥੋਂ ਪਾ ਕੇ ਉਹਦੇ ਉੱਤੇ ਅੱਗ ਲਾ ਦਿੱਤੀ ਔਰ ਬਾਅਦ ਵਿੱਚ ਉਹਨੇ ਆਪਣੇ ਆਪ ਨੂੰ ਬੈੱਡ ਦੇ ਵਿੱਚ ਬੰਦ ਕਰ ਲਿਆ ਔਰ ਜਿਹੜਾ ਬਰਾਂਡੇ ਨੂੰ ਪਹਿਲਾਂ ਉਹਨੇ ਬਾਹਰੋਂ ਜਿੰਦਾ ਲਾ ਦਿੱਤਾ, ਉਹ ਦੂਜੇ ਦਰਵਾਜ਼ੇ ਥਾਣੀ ਅੰਦਰ ਵੜ ਗਿਆ ਔਰ ਬੈੱਡ ਦੇ ਵਿੱਚ ਵੜ ਕੇ ਪੂਰਾ ਉਹਨੇ ਡਰਾਮਾ ਕੀਤਾ ਔਰ ਆਪਣੇ ਫਾਦਰ ਮਦਰ ਨੂੰ ਵੀ ਉਹਦੇ 'ਚ ਰੱਖਿਆ ਉਹਨੇ ਔਰ ਉਹਦਾ ਇਹ ਕਹਿਣਾ ਹੈਗਾ ਵੀ ਮੇਰੀ ਦਾਦੀ ਮੈਨੂੰ ਗਾਲਾਂ ਗੂਲਾਂ ਕੱਢਦੀ ਰਹਿੰਦੀ ਸੀਗੀ, ਮੈਨੂੰ ਬਾਹਰ ਨਹੀਂ ਕਿਤੇ ਜਾਣ ਦਿੰਦੀ ਸੀ, ਇਸੇ ਦੁੱਖੋਂ ਕਹਿੰਦਾ ਮੈਂ ਕੀਤਾ ਹੈਗਾ। ਉਹਨੇ ਇਹ ਵੀ ਦੱਸਿਆ ਵੀ ਮੈਂ ਟੈਲੀਵਿਜ਼ਨ 'ਤੇ ਦੇਖਦਾ ਰਹਿੰਦਾ ਸੀਰੀਅਲ CID ਵਗੈਰਾ, ਉੱਥੋਂ ਮੈਨੂੰ ਆਈਡੀਆ ਆਇਆ ਸੀਗਾ ਅਤੇ ਇਸ ਕਰਕੇ ਪੁਲਿਸ ਨੇ, ਹਰਿਆਣਾ ਪੁਲਿਸ ਨੇ ਔਰ DSPR ਗੁਰਪ੍ਰੀਤ ਸਿੰਘ ਔਰ ਹਰਗੋਪਾਲ SHO ਹਰਿਆਣਾ ਨੇ ਔਰ ਉਹਨਾਂ ਨੇ ਬੜੀ ਮਿਹਨਤ ਕੀਤੀ ਔਰ ਬੜਾ ਉਹਨਾਂ ਨੇ ਸ਼ਲਾਘਾਪੂਰਨ ਕੰਮ ਕੀਤਾ। ਵਿਦਨ 10 ਘੰਟੇ ਦੇ ਵਿੱਚ ਹੀ ਔਰ ਟਰੇਸ ਕਰ ਲਿਆ ਔਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮੁਕੱਦਮਾ 302-201 ਵਿੱਚ ਦਰਜ ਹੋਇਆ ਸੀ ਔਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅੱਜ ਉਹਨੂੰ ਅਦਾਲਤ ਵਿੱਚ ਪੇਸ਼ ਕਰਤਾ, ਉਹ ਜੁਵਨਾਈਲ ਸੀਗਾ ਇਸ ਕਰਕੇ ਉਹਨੂੰ ਜੁਵਨਾਈਲ ਕੋਰਟ 'ਚ ਪੇਸ਼ ਕਰਤਾ ਹੈ। ਹੁਸ਼ਿਆਰਪੁਰ ਤੋਂ ਯੋਗੇਸ਼ ਬਹਿਲ ਦੀ ਰਿਪੋਰਟ, ਪੰਜਾਬ ਟੂਡੇ।